लो जी कहते हुण सिर पर लेके जाना पाऊंगा खेत विच है। लो जी जग्गा दा चक लिया, रोडी दी झोली भी नहीं चक हुंदी, खत्म है बस जमा ही भाई, बुरा ही हाल है। आ पुराना इंजन देख लो जी जग्गे दा, इधर पुरानी कोई पानी नहीं सुकदा, पता नहीं किहे जे खेत है इह। आ जग्गे हो गए 5-5 किलो दे पैर। आ देखो जिहड़ा टोआ कढ़िया दा, वैसे पानी सुख गया, पैर हले खड़दा ए 30% जी। इधर जग्गा आ गया, गर्मी नुचर दी, कहना ठंड बहुत है। जग्गे भाई सत श्री अकाल। सत श्री अकाल जी। गर्मी नुचर दी है, गर्मी पूरी। आ देखो भाई पैड थों तो पैड ले, आ खादी भी देखो जेड़ी खा ली, ये दोबारा भाई दसो हो जूंगी, ता करके फिर दुखी हो गए, कुटने पैंदी। आ देखो फा पा लोग पता नहीं क्या करते जी, दुध पी के छड्डी जांदे, देखो जी पैड़े पैड ले ले। आ देखो ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ। ਜੱਗੇ ਬਾਈ ਦੇ ਖੇਤਾਂ ਜਾ ਰਿਹਾ, ਦੇਖੋ ਜਿਹੜਾ ਟੋਆ ਕੱਢਿਆ ਦਾ, ਵੈਸੇ ਪਾਣੀ ਸੁੱਕ ਗਿਆ, ਪੈਰ ਹਲੇ ਖੜਦਾ ਏ 30%, ਉਹ ਜੱਗਾ ਵੀ ਲੱਗਿਆ ਬਾਈ ਸਾਹਮਣੇ। ਤੇ ਜਿਹੜਾ ਇਹ ਬਾਈ ਟੋਆ ਏ, ਟੋਆ ਤਕਰੀਬਨ ਵੀ ਮੇਰੇ ਕੱਦ ਦਾ ਏ, ਇੰਨਾ ਡੂੰਘਾ ਕੱਢਿਆ ਤਾ। ਪਾਣੀ ਜੇ ਟੋਆ ਨਾ ਮਾਰਦੇ ਬਾਈ ਖਤਮ ਹੋ ਜਾਣੀ ਸੀ ਕਣਕ, ਟੋਏ ਮਾਰਨੇ ਕਰਕੇ ਬਚ ਗਈ। ਆਹ ਲਾਈਨ 'ਚ ਦੇਖ ਲਓ ਜੀ ਕਿੰਨੇ ਟੋਏ ਕੱਢੇ ਪਏ ਆ। ਇਹ ਦੂਜਾ ਖੇਤ ਹੈ, 5 ਟੋਏ ਹੈ ਪਰਲਾ ਦੂਜਾ ਦਾ। ਅਤੇ ਫਿਰ ਅੱਜ ਕਹਿੰਦਾ ਰੇਹ ਪਾਉਣਾ ਹੈ, ਕਹਿੰਦਾ ਦਿਖਾ ਫਿਰ ਰੇਹ ਕਿਵੇਂ ਪੈਂਦਾ। ਮੈਂ ਕਿਹਾ ਆ ਗਿਆ ਫਿਰ ਟੈਨਸ਼ਨ, ਕਹਿੰਦਾ ਲੰਦਾ ਚੱਗਿਆ। ਆ ਦੇਖੋ ਜੀ ਬੜਾ ਹੀ ਘਾਣਾ ਰਲਾ ਲੈਂਦਾ ਇਹ, 7-8 ਇੱਕ ਦਾ ਪਤਾ ਨਹੀਂ ਕਿੰਨੇ ਦਾ, ਆਹ ਪਤਾ ਨਹੀਂ ਕਿਆ ਪਾਉਂਦਾ, ਇੱਕ ਚਿੱਟਾ ਚਿੱਟਾ ਜਿਹਾ ਦਵਾਈ ਪਾਉਂਦਾ ਕੋਈ ਬਾਈ ਵਿੱਚ ਇਹ। ਆ ਦੇਖੋ ਜੀ ਕਣਕ ਤਾਂ ਵੈਸੇ ਠੀਕ ਹੈ, ਆਹ ਸਾਈਡ ਫਿਰ ਵੀ ਪਾਣੀ ਇਹਦੇ ਘੱਟ ਤਾ ਜੀ, ਪਰਲੇ ਖੇਤਾਂ 'ਚ ਥੋੜ੍ਹਾ ਜਿਹਾ ਜ਼ਿਆਦਾ ਏ। ਤੇ ਆਪਣੇ ਨਾਲ ਰੋਡੀ ਆਇਆ ਫਿਰ, ਕਿੱਦਾਂ ਰੋਡੀ ਕਿੱਦਾਂ ਓ ਕਿੱਦਾਂ, ਸਤਿ ਸ਼੍ਰੀ ਅਕਾਲ ਹੀ ਬੁਲਾਉਂਦਾ ਤੂੰ? ਸਤਿ ਸ਼੍ਰੀ ਅਕਾਲ, ਕਿਆ ਘੱਟ ਹੈ ਬਾਈ? ਰੋਡੀ ਪਤਾ ਨਹੀਂ ਕਿਆ ਦੇਖੀ ਜਾਂਦਾ, ਬੁਲਟ 'ਚ ਹਵਾ ਘੱਟ ਹੈ, ਫੋਨ ਘੱਟ ਭਜਾਈ ਇਹਨੂੰ, ਤੂੰ ਘੱਟੇ ਵੀ ਆਉਂਦਾ? ਨਹੀਂ ਨਹੀਂ ਬਾਈ, ਸਿਆਲ ਦਾ ਟਾਈਮ ਆ ਬਾਈ, ਹੁਣ ਨਹੀਂ ਅਸੀਂ ਭਜਾਉਂਦੇ ਹੈਗੇ। ਹਾਂ ਆ ਦੇਖੋ ਜੀ ਜੱਗਾ ਰੋਡੀ, ਤੂੰ ਕਿਆ ਕਹਿੰਦਾ ਜੱਗੇ ਨੇ ਝੋਲੀ ਵਧੀਆ ਬੰਦਾ ਏ, ਹੜਦਾ ਨੀ ਹੈਗਾ, ਜਿੱਥੇ ਲੱਗ ਜਾਂਦਾ ਬਨੇਰੀ ਠਾਲ ਦਿੰਦਾ ਏ, ਝੋਲੀ ਦਾ ਪਤਾ ਹੀ ਨੀ ਲੱਗਦਾ ਵੀ ਚੱਕੀ ਪਈ ਹੈ। ਇਹ ਤਾਂ ਐ ਫਿਰਦਾ ਜੀ, ਇਕਣਾ ਕਿਤੇ ਵਿਆਹ 'ਚ ਫਿਰਦਾ ਹੁੰਦਾ, ਲੈ ਦੇਖਤਾ ਸੀ। ਰੋਡੀ ਕਹਿੰਦਾ ਜੱਗ ਪੀਂਦਾ ਦੁੱਧ ਦਾ, ਕਹਿੰਦਾ ਜਾਣ ਤਾਂ ਹੀ ਹੈ, ਇਹ ਦੇ ਕੇ ਆਉਂਦਾ ਕਹਿੰਦੇ ਬੋਨ ਬੀਟਾ ਪਾ ਕੇ। ਲੈ ਜਗ੍ਹਾ ਕਿੰਨੇ ਕਿੱਲੇ 'ਚ ਖੜਾ ਕੇ ਜਾਣਾ? 10 ਕਿੱਲਿਆਂ 'ਚ ਰੇਹ ਖੜਾ ਕੇ ਜਾਣਾ ਜੀ ਮੁੰਡੇ ਨੇ, ਦੇਖ ਲਓ ਵਿੱਚ ਕਿਆ ਕਿਆ ਆਈਟਮਾਂ ਪਾਈਆਂ ਏ ਯਾਰ। ਤੁਹਾਨੂੰ ਝੋਲੀ ਇੱਧਰ ਆਊਂਗਾ ਬੰਦਾ ਲੈ ਕੇ, ਫਿਰ ਪੁੱਛ ਕੇ ਦੱਸੂਗੇ ਜੀ। ਇੱਧਰ ਜੱਗਾ ਆ ਗਿਆ, ਗਰਮੀ ਨੁਚੜਦੀ, ਕਹਿੰਦਾ ਠੰਡ ਬਹੁਤ ਆ। ਜੱਗੇ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗਰਮੀ ਨੁਚੜਦੀ ਹੈ? ਗਰਮੀ ਪੂਰੀ। ਪਾਣੀ ਦਾ ਫਰਕ ਪਾਤਾ, ਜੇ ਬੂਟਰ ਵਗੈਰਾ ਪਾਤੇ ਉਹਨੇ ਦੁਬਾਰਾ ਚੱਲ ਪੈਣਾ, ਜਾਨ ਪੈਣੀ। ਜੇ ਕੋਈ ਬੰਦਾ ਬਿਮਾਰ ਹੋ ਜਾਵੇ ਤਾਂ ਡਾਕਟਰ ਕੋਲ ਲੈ ਕੇ ਜਾਣਾ ਹੀ ਪੈਂਦਾ। ਗਲੂਕੋਜ਼ ਨਾੜ ਚ ਲੱਗਦਾ, ਗਲੂਕੋਜ਼ ਨਾੜ ਚ ਲੱਗਦਾ, ਜੇ ਨਾੜ ਚ ਲਾਤਾ ਜੱਗਾ। ਮੈਂ ਕਹਿੰਦਾ ਵੀ 2 ਥੈਲਿਆਂ ਦੀ ਝੋਲੀ ਕਰਦਾ ਏ, ਕਰਦਾ ਵੀ ਕਰਦਾ ਕਿੱਲੇ ਦੀਆਂ ਝੋਲੀ ਚੋ 25 ਕਿਲੋ ਯੂਰੀਆ ਪਾ ਲੈ ਜਾਂਦਾ ਮੈਂ, 2 ਕਰਦਾ ਥੈਲੇ ਦੀ, ਥੈਲੇ ਦੇ ਬਾਈ 2 ਕਰਦਾ ਏ, ਈਡਾ ਥੈਲੇ ਦੀ ਝੋਲੀ ਬਣਾਈ ਕਿੱਥੇ ਪਾਈ ਜੱਗੇ? ਲਾਸਟ ਯੂਰੀਆ? ਹਾਂ ਬਸ, ਸਾਰੇ ਖੇਤਾਂ ਦਾ ਪਾਣੀ ਸੁੱਕ ਗਿਆ। ਪਾਣੀ ਸਾਰੇ ਸੁੱਕ ਗਏ ਬਾਈ, ਜੇ ਟੋਏ ਮਰਾਏ ਆ ਤਾਂ ਫਾਇਦਾ ਹੋਵੇ, ਜੇ ਨਾ ਮਰਾਉਂਦੇ ਕੰਮ ਖਰਾਬ ਹੋ ਜਾਣਾ ਤਾਂ। ਹਾਂਜੀ ਲਓ ਜੀ ਰੋਟੀ, ਤੁਹਾਨੂੰ ਟੋਏ 'ਚ ਵੜ ਕੇ ਦਿਖਾਊਂਗਾ। ਮੈਂ ਨਹੀਂ ਵੜਦਾ ਗਿੱਲਾ, ਨਹੀਂ ਗਿੱਲਾ ਨਹੀਂ ਹੈਗਾ, ਚੱਲ ਚੱਲ ਰੋਟੀ ਬਾਈ ਤੁਹਾਨੂੰ ਟੋਏ 'ਚ ਵੜ ਕੇ ਦਿਖਾਊਂਗਾ ਕਹਿੰਦੇ। ਹਾਂ ਪੈਰ ਗੁੜ ਜਾਣ, ਨਹੀਂ ਨਿਕਲਾਊਂਗਾ ਜੇ ਵਿੱਚ ਵੜ ਗਿਆ ਆਪਾਂ, ਨਿਕਲ ਨਹੀਂ ਆਉਣਾ ਕਦੇ। ਵੀ ਬਾਈ ਵਿੱਚ ਗਿੱਲਾ ਏ, ਖਬਰ ਵਿੱਚ ਗੜੇ ਜਾਵੇ, ਚੱਲ ਫਿਰ ਚੱਲ ਉਹ ਚੱਲ ਚੱਲ ਇਹ ਰਾਮੀ ਆ ਬਾਈ, ਦੇਖ ਲੋ ਜਾਂਦਾ ਨੀ ਹੈਗਾ ਟੋਏ ਜਰੂਰ। ਲਓ ਜੀ ਇੱਕ ਖੇਤ ਦਾ ਕੰਮ ਨਿਬੜ ਗਿਆ, ਦੂਏ ਦੀ ਤਿਆਰੀ ਹੈ। ਹਾਂ ਰੋਡੀ ਰੱਖ ਸਮਾਨ ਵਿੱਚ, ਝੋਲੀਆਂ ਝੋਲੀਆਂ
ਜੱਗਾ ਕਹਿੰਦਾ ਮਾੜਾ ਜਿਹਾ ਛਿੱਟਾ ਲਾ ਕੇ ਪਾਉਣਾ ਪੈਂਦਾ ਨੀ, ਅੱਖ ਚ ਲੜਦਾ ਜੀ ਇਹ ਪੂਰਾ। ਦੇਖ ਲਓ ਜੱਗਾ ਬਾਈ ਚਿੱਟਾ ਚਿੱਟਾ ਹੋ ਗਿਆ, ਚੀਜ਼ ਇਹੋ ਜਿਹੀ ਹੈ। ਜੇ ਲੜਦੀ ਕਿ ਨਹੀਂ ਕਹੇ, ਊ ਨੀ ਕਹਿੰਦੀ ਕੁਛ, ਕਹਿੰਦਾ ਅੱਖਾਂ 'ਚ ਲੜਦੀ ਹੈ। ਕੜੇਲੇ ਕੱਢੇ ਪਿਆ ਦੇਖੋ ਜੀ, ਦੂਏ ਖੇਤ ਦੇ ਵੀ ਪੁੜੇ ਲਿਆਂਦੇ ਪਏ ਆ, ਅੱਜ ਰੇਹ ਚੱਲੂ ਕਹਿੰਦੇ। ਲੇਜ਼ਰ ਵੀ ਮਾਰ ਕੇ ਆਉਣਾ ਉਹ, ਚੱਲ ਫਿਰ ਵੀਡੀਓ ਹੋਰ 'ਚ ਦਿਖਾ ਦੂ ਕਿਸੇ 'ਚ, ਕਹਿੰਦੇ ਲੇਜ਼ਰ ਕਰਾ ਵੀ ਮਾਰ ਕੇ ਆਉਣਾ ਹੈ। ਆਹ ਖੇਤ ਦਾ ਨਿਬੜ ਗਿਆ ਜੀ, ਹੁਣ ਉਹ ਪਰੇ ਜਾਣਾ ਇੰਜਣ ਵਾਲਾ ਕਹਿੰਦੀ, ਅਤੇ ਰੋਡੀ ਵੀ ਲਾ ਲਿਆ ਕੰਮ ਨਾਲੇ, ਰੋਡੀ ਦੇ ਪਾਲੇ ਰੋਡ ਸੱਗੇ ਥੋੜ੍ਹੇ ਅੱਖ 'ਚ। ਹਾਂ ਕਾਹਦੇ, ਚੱਲ ਰੱਖ ਦੇ ਵਿੱਚ। ਲਓ ਜੀ ਰੋਡੀ ਨੇ ਰੱਖਤਾ ਵਿੱਚ, ਦੇਖ ਕਿਆ ਕਰਦਾ ਹੈ, ਝਾੜਦਾ ਖੇਤ ਵਾਂ ਯੂਰੀਆ ਜੱਗੇ ਨੇ। ਦੇਖ ਲਓ ਜੀ ਲਓ ਜੀ, ਕਹਿੰਦੇ ਹੁਣ ਸਿਰ ਪਰ ਲੈ ਕੇ ਜਾਣਾ ਪਊਗਾ, ਖੇਤ ਵਿੱਚ ਹੈ। ਲਓ ਜੀ ਜੱਗਾ ਦਾ ਚੱਕ ਲਿਆ, ਰੋਡੀ ਦੇ ਝੋਲੀ ਵੀ ਨੀ ਚੱਕ ਹੁੰਦੀ, ਖਤਮੇ ਆ ਬਸ ਜਮਾ ਹੀ ਬਾਈ, ਬੁਰਾ ਹੀ ਹਾਲ ਹੈ। ਆਹ ਪੁਰਾਣਾ ਇੰਜਣ ਦੇਖ ਲਓ ਜੀ ਜੱਗੇ ਦਾ, ਇੱਧਰ ਪੁਰਾਣੀ ਕੋਈ। ਚੱਲ ਬਈ ਚਲੋ, ਰੋਡੀ ਕਹਿੰਦਾ ਮੈਂ ਤਾਂ ਥੈਲਾ ਚੁਕਾ ਲਓ ਜਾਂ 50 ਕਿਲੋ ਦਾ। ਇਹ ਬਾਈ ਉਹ ਦੂਰ ਲੈ ਕੇ ਜਾਣੀ ਹੈ, ਥੈਲਾ ਹੀ ਲੈ ਕੇ ਨਾਲ, ਝੋਲੀਆਂ ਹਥਿਆਰ ਸਾਰਾ ਕੁਝ ਚੱਕ ਕੇ। ਆਹ ਦੇਖ ਲਓ ਜੀ ਪੁਰਾਣੇ ਇੰਜਣ ਹਲੇ ਵੀ ਹੈਗੇ, ਇੱਧਰਲੀ ਸਾਈਡ ਮੰਡ ਵਾਲੀ ਸਾਈਡ, ਆਪਣੇ ਵਾਲੀ ਸਾਈਡ ਘੱਟ ਹੈ। ਉਹ ਜਾ ਰਹੇ ਬੰਦੇ ਆਪਣੇ। ਹਾਂਜੀ ਖੋਲਦੇ ਥੈਲਾ, ਖੋਲਦੇ ਮੇਰੇ ਐਨ ਕੀ ਕਹਿੰਦਾ, ਥੈਲਾ ਖੋਲਦੇ ਬਾਈ, ਖੋਲ ਦੇਣਾ ਜੀ ਖੋਲ ਦੇਣਾ। ਜੱਗੇ ਦਾ ਹਥਿਆਰ ਹੀ ਬਹੁਤ ਬੜਾ ਹੈ, ਇਹ ਊਂ ਡਰ ਲੱਗੀ ਜਾਂਦਾ ਕਿਤੇ ਗਰਦਨ ਨੂੰ ਨਾ ਪੈ ਜਾਵੇ। ਸਹੀ ਗੱਲ ਆ, ਤਿੱਖਾ ਪਿਆ ਏ। ਖੁੱਲ ਗਿਆ ਥੈਲਾ, ਹਲੇ ਵੀ ਪਾਣੀ ਖੜਾ ਬਾਈ, ਆਹ ਕਣਕ 'ਚ ਦੇਖ ਲਓ ਜਿਹੜੀ ਆਹ ਸਾਈਡ ਹੈ, ਬੂਟ ਖੋਲ ਕੇ ਲੱਗਿਆ ਜੱਗਾ ਰੇਹ ਪਾਉਣ, ਕਿਉਂਕਿ ਇਹਦੇ ਵਿੱਚ ਪੈਰ ਗੜਦਾ ਏ, ਬੁਰਾ ਹਾਲ ਹੈ ਬਾਈ। ਹਲੇ ਵੀ ਜਿਹੜੇ ਡਾਕਰ ਜ਼ਮੀਨਾਂ ਇਹਨਾਂ 'ਚ ਪਾਣੀ ਖੜਾ ਏ, ਬਹੁਤ ਬੁਰਾ ਹਾਲ ਹੈ ਐਤਕੀ ਦਾ ਬਾਈ। ਰੋਡੀ ਆਏ ਦਿਖਾਓ, ਦੇਈ ਮੇਰਾ ਫੋਨ, ਰੋਡੀ ਕਿਹੜਾ ਗੜ ਗਿਆ ਦਾ, ਗੜ ਗਿਆ ਦਾ, ਆ ਦੇਖ ਪੈਰ ਦੇਖੋ ਬਾਈ, ਗੜ ਜਾਂਦਾ ਬੰਦਾ, ਹਲੇ ਵੀ ਪਾਣੀ ਖੜਾ ਹੈ ਜੀ। ਲਓ ਜੀ ਜੱਗਾ ਖੇਤ ਮਾ ਰੇਹ ਪਾ ਤਾ ਰਿਹਾ, ਪਾ ਪਾਣੀ ਹਲੇ ਵੀ ਦੇਖ ਲਓ ਖੜਾ ਹੈ ਜੀ ਇਹਦੇ ਮਾ, ਬਚਣੇ ਦੀ ਆਸ ਜੱਗਾ ਕਹਿੰਦਾ ਹਲੇ ਵੀ ਇਹਦੀ ਘੱਟ ਹੈ, ਸੁੱਕੇ ਨਹੀਂ ਰਿਹਾ। ਇੱਧਰ ਵੀ ਦੇਖ ਲਓ ਜੀ ਬੁਰੇ ਹਾਲ ਹੈ, ਮੀਂਹ ਪੈ ਨੂੰ ਕਿੰਨੇ ਦਿਨ ਹੋ ਗਏ, ਪਾਣੀ ਸੁੱਕੇ ਨਹੀਂ ਰਿਹਾ, ਪਤਾ ਨਹੀਂ ਕਿਆ ਗੱਲ ਹੈ। ਆਹ ਦੇਖੋ ਜੀ ਆਹ ਪਾਣੀ, ਉਹ ਸਾਹਮਣੇ ਜੱਗਾ ਲੱਗਿਆ ਵਾ, ਧੰਦਾ ਬਾਈ ਇਹ ਠੰਡ 'ਚ ਰੇਹ ਪਾਈ ਜਾਂਦਾ ਹੈ। ਰੋਡੀ ਉਹ ਲੰਘ ਗਿਆ ਜੀ, ਇੰਨੀ ਦੂਰ ਤੋਂ ਥੈਲਾ ਲਿਆਂਦਾ ਸਿਰ ਪਰ, ਦੇਖ ਲਓ ਜੀ ਉਹ ਟਰੈਕਟਰ ਖੜਾ ਏ, ਉੱਥੇ ਤੇ ਥੈਲਾ ਲਿਆਂਦਾ ਚੱਕ ਕੇ ਰੇ ਵਾਲਾ, ਉਹ ਪਿਆ ਏ ਜੱਗੇ ਦੇ ਪਿੱਛੇ, ਸਿਰ ਪਰ ਆਇਆ ਤਾ ਜੀ। ਪਾਣੀ ਉਹ ਨਹੀਂ ਸੁੱਕਦਾ, ਪਤਾ ਨਹੀਂ ਕਿਹੋ ਜਿਹੇ ਖੇਤ ਇਹ। ਹਾਂ ਜੱਗੇ ਹੋ ਗਏ 5-5 ਕਿਲੋ ਦੇ ਪੈਰ ਗਿੱਲਾ। ਹਾਂ ਅੱਛਾ, ਪਾਣੀ ਖੜਾ, ਮਿੱਟੀ ਨਹੀਂ ਜਿੰਬੜਦੀ ਬਾਈ, ਇਹ ਸਾਹ ਵੀ ਚੜਦਾ ਕਿੱਲੇ ਚ, ਜ਼ੋਰ ਲੱਗਦਾ ਏ, ਮਰੂਗੀ ਹੈਗਾ, ਬਾਕੀ ਦੇਖਦੇ ਬਾਕੀ ਬਾਈ, ਜੇ ਮਰ ਗਿਆ ਤੁਹਾਨੂੰ ਦਿਖਾ ਦੂਗੇ। ਪਾਣੀ ਸਾਲਾ ਸੁੱਕੇ ਨਹੀਂ ਰਿਹਾ, ਮੈਂ ਤਾਂ ਆਪ ਕਹਿੰਦਾ ਵੀ ਕਿਹੋ ਜਿਹੇ ਖੇਤ ਹੈ, 15 ਦਿਨ ਹੋ ਗਏ ਦੇ ਲੰਮੀ ਪਏ ਨੂੰ। ਚੱਲ ਆਪਣਾ ਕੰਮ ਜਵਾਈ ਜਾਰੀ ਹੈ ਸਾਡਾ ਰੇਹ ਦਾ, ਬਾਕੀ ਰੱਬ ਦੇ ਹੱਥ ਹੈ ਬਾਈ ਜੀ। ਰਾਤ ਵੀ ਗਏ ਨੇ ਬਹੁਤ ਤੰਗ ਕਰਿਆ, ਸਵੇਰੇ ਵੀ ਕਣਕ ਦੇ ਵਿੱਚ ਨਾ ਰਾਤ ਨੂੰ ਝੱਟ ਲੱਗ ਜਾਂਦੇ ਆ, ਕਿਆਰੇ ਦਾ ਕਿਆਰਾ ਖਤਮ ਕਰ ਲੈਂਦੇ, ਅਵਾਰਾ ਗਏ ਨੇ, ਬਹੁਤ ਦੁਖੀ ਗੱਲ ਹੈ, ਬਹੁਤ ਦੁਖੀ ਕਰਿਆ। ਤੇ ਫਿਰ ਮੈਂ ਤੇ ਰੋਡੀ ਅੱਜ ਦੀਪੜ ਪਾ ਕੇ ਆਏ ਆ, ਬਹੁਤ ਦੀਪੜ, ਪਰ ਕਹਿਣ ਦਾ ਬਾਬਾ ਖੜਦੀ ਨੀ ਭੱਜੀ ਜਾਂਦੀ ਹੈ, ਆਹ ਦੂਆ ਖੇਤ 'ਚ ਆਏ ਪਏ ਘੁੰਮਣ, ਉਰੇ ਵੀ ਪੈਡਾਂ ਪਾਈਆਂ ਪਏ ਗਏ ਨੇ, ਤੁਹਾਨੂੰ ਦਿਖਾ ਦਿੰਦਾ, ਉਰੇ ਵੀ ਆਉਂਦੀ ਆ ਦੇਖ ਲਓ ਜੀ ਘੁੰਮਣ, ਤੇ ਬਾਕੀ ਤੁਹਾਨੂੰ ਪਰਲੀ ਸਾਈਡ ਵੀ ਦਿਖਾਉਂਦੇ ਆ ਜੀ, ਉੱਧਰ ਜਮਾਂ ਹੀ ਖਤਮ ਕਰਤੀ ਵੀ। ਕਹਿਣ ਦਾ ਭਾਵ ਜਿਹੜੀ ਇੱਕ ਵਾਰ ਖਾ ਲਈ ਬਾਈ ਉਹ ਦੁਬਾਰਾ ਨਹੀਂ ਹੋਣੀ, ਖਾਂਦੀਆਂ ਇਹੋ ਜਿਹੇ ਤਰੀਕੇ ਗੇ ਲੈ ਨਾ, ਉੱਪਰ ਤੋਂ ਲੈ ਕੇ ਜੜ ਤੱਕ ਲਾ ਦਿੰਦੀ ਹੈ, ਤੱਗੀ ਯੂਰੇ ਲਾ ਲਈ, ਤੱਗੀ ਜੋ ਉੱਥੇ ਲਾ ਲਈ, ਥੋੜ੍ਹੇ ਥੋੜ੍ਹੇ ਖਾ ਕੇ ਸਾਰੀ ਕਣਕ ਖਰਾਬ ਕਰ ਦਿੰਦੀ ਹੈ, ਰਾਤ ਬਰਸੀਨ ਵਾਲੇ ਮਾਂ ਵੀ ਵੜ ਲਈ, ਲਸਣ ਮਾਂ ਵੀ ਵੜ ਲਈ, ਬੁਰੇ ਹਾਲ। ਸਹੀ ਗੱਲ ਹੈ, ਚਲੋ ਗਾਹਾਂ ਦਿਖਾਉਂਦੇ ਤੁਹਾਨੂੰ, ਗਾਹਾਂ ਵਾਲੇ ਖੇਤ ਮਾਂ ਜੀ ਪੂਰੀ ਝੱਟ ਲਾਉਂਦੀ ਹੈ। ਆਹ ਦੇਖ ਲਓ ਜੀ ਆਪਣੀ ਕਣਕ, ਵੈਸੇ ਜਿਹੜੀ ਸਪਰੇਅ ਕਰੀ ਤੀ ਉਹਨੇ ਥੋੜ੍ਹੀ ਜਿਹੀ ਉੱਚੀ ਨੀਵੀਂ ਕਰੀ ਵੀ ਹੈ, ਅਤੇ ਉਹ ਮੂਹਰੇ ਵਾਲੇ ਖੇਤ ਮਾਂ ਇੱਕ ਗੈਂ ਅਤੇ ਇੱਕ ਸਾਨ ਲਹੂ ਪੀ ਲਿਆ, ਰਾਤ ਨੂੰ ਆਉਂਦੇ 11 ਵਜੇ, ਬਸ ਫਿਰ ਇਹੋ ਜਿਹੀ ਝੱਟ ਲਾ ਕੇ ਜਾਂਦੇ ਜੀ 2 ਘੰਟੇ,
ਦਿਨ ਮਾ ਨਹੀਂ ਆਉਣਾ, ਰਾਤੇ ਰਾਤ ਗੁਪਤ ਝੱਟ ਲੱਗ ਜਾਂਦੇ ਆ, ਰਾਤੇ ਰਾਤ ਢੱਡੇ ਆ ਭਰ ਕੇ, ਦਿਨ ਮਾ ਸੌ ਬਣ ਜਾਣਾ ਵੀ ਸਾਨੂੰ ਕਿਹੜੇ ਦੇਖਦਾ ਏ, ਰਾਤ ਅਸੀਂ ਬਾਈ ਕਿਤੇ ਆਏ ਤੇ ਹਨੇਰੇ ਹੋਏ ਸਾਨੂੰ ਦਿਖ ਗਈ ਵਿੱਚ ਫਿਰਦੀ, ਫਿਰ ਰਾਤ ਤੇ ਸ਼ੱਕ ਕੋਈ ਵੀ ਯਾਰ ਹੁਣ ਡੰਡਾ ਫਿਰਨਾ ਚਾਹੀਦਾ ਏ। ਦੇਖੋ ਜੀ ਕਿਆ ਵਧੀਆ ਵੈਦਰ ਆ, ਹਾਂ ਆਹ ਸਾਈਡ ਬਾਈ ਕਾਲੇ ਬਾਜ ਦੀ ਕਣਕ ਦੇਖ ਲਓ, ਇੱਧਰ ਆਪਣੀ ਆ, ਇਹ ਬੀਜ ਹੋਈ ਪਈ ਆ ਛਿੱਟੇ ਨਾਲ, ਤੇ ਜਿਹੜੀ ਕਾਲੇ ਬਾਈ ਨੇ ਬੀਜੀ ਵੀ ਇਹ ਬੀਜੀ ਵੀ ਆ ਸੁਪਰ ਸੀਡਰ ਗਿਲਾ। ਲਓ ਜੀ ਦੇਖੋ ਰਾਤ ਆਹ ਝੱਟ ਲਾਈ ਉਹਨੇ ਬਰਸੀਨ ਪਰ, ਬਰਸੀਨ ਦੇ ਵਿੱਚ ਵੜ ਕੇ ਉਹ ਤਾਰਾਂ ਤੋੜ ਕੇ ਨਿਕਲੀ ਹੈ, ਟਾਵਾਂ ਟਾਵਾਂ ਜਿਹਾ ਖਾ ਗਈ, ਲਸਣ ਵਿੱਚ ਵੀ ਵੜੀ ਹੈ, ਸਾਨੂੰ ਇੱਧਰ ਕਣਕ ਦਿਖਾਉਂਦਾ ਖਾਧੀ ਵੀ ਉਹਨੇ, ਆਹ ਵੀ ਬਾਈ ਖਾਧੀ ਵੀ ਹੈ, ਇਹ ਪੁਰਾਣੀ ਖਾਧੀ ਪਈ ਆ, ਸਾਨੂੰ ਤਾਜ਼ੀ ਖਾਧੀ ਵੀ ਦਿਖਾਉਂਦਾ ਪਰੇ। ਪੈੜੇ ਪਰ ਪੈੜਾ ਕਿੰਨੇ ਕੁ ਥੋਂ ਥੋਂ ਪੈੜ ਬਾਈ, ਆਹ ਵੀ ਖਾਧੀ ਵੀ ਬਾਈ ਥੋੜ੍ਹੀ ਜਿਹੀ ਦੇਖ ਲਓ, ਇਹ ਵੀ ਪੁਰਾਣੀ ਹੋ ਗਈ, ਆਹ ਸਾਰੀ ਝੱਟ ਲਾਈ ਵੀ ਉਹਨੇ, ਤਾਜ਼ੀ ਦਿਖਾਉਂਦਾ ਸਾਨੂੰ ਖਾਧੀ ਵੀ, ਕਿਆ ਕਰੂਗਾ ਬੰਦਾ, ਫਾਂਟਾ ਦੇ ਫਾਂਟਾ ਖਾ ਗਈ। ਤੁਹਾਡੀ ਆ ਰਹੇ ਹੋਏ ਤਾਜ਼ੀ ਝੱਟ ਲਾਈ ਵੀ, ਤੂੰ ਪੁਰਾਣੀ ਇਹ ਤਾਜ਼ੀ ਨਹੀਂ ਹੈਗੀ, ਇਹ ਵੀ ਅੱਗੇ ਆ, ਆਹ ਦੇਖੋ ਬਾਈ ਪੈੜ ਥੋਂ ਥੋਂ ਪੈੜ, ਲੈ ਆਹ ਖਾਧੀ ਵੀ ਦੇਖੋ, ਜਿਹੜੀ ਖਾ ਲਈ ਇਹ ਦੁਬਾਰਾ ਬਾਈ ਦੱਸੋ ਹੋ ਜੂੰਗੀ, ਤਾਂ ਕਰਕੇ ਫਿਰ ਦੁਖੀ ਹੋ ਕੇ ਕੁੱਟਣੀਆਂ ਪੈਂਦੀਆਂ, ਆਹ ਦੇਖੋ ਫਾ ਪਾ, ਲੋਕ ਪਤਾ ਨਹੀਂ ਕਿਆ ਕਰਦੇ ਜੀ, ਦੁੱਧ ਪੀ ਕੇ ਛੱਡੀ ਜਾਂਦੇ, ਦੇਖੋ ਜੀ ਪੈੜੇ ਪੈੜ, ਲੈ ਲੈ ਆਹ ਦੇਖੋ ਨੁਕਸਾਨ ਨਹੀਂ ਰਹਿ ਜੀ, ਆਹ ਵੀ ਖਾਧੀ ਵੀ ਦੇਖ ਲਓ ਜੀ, ਇੱਥੇ ਨੂੰ ਉਧਰ ਦੇ ਦੀਆਂ, ਇੱਥੇ ਵੀ ਝਾਂਗ ਲਾਤੀ, ਫਿਰ ਵੀ ਰਾਤ ਨੂੰ ਵੜਦੀਆਂ, ਬਾਜੇ ਹੁਣ ਡਿੱਕੇ ਆ ਗਏ, ਹੁਣ ਤਾਂ ਡੰਡਾ ਚੱਲੂਗਾ ਜੀ, ਹੈ ਰੋਟੀ ਡੰਡਾ ਚੱਲੂਗਾ ਜੀ ਹੁਣ ਆਈਆ।